ਮੈਂ ਆਪਣੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨਾਲ ਦੋ ਚੀਜ਼ਾਂ ਦੇ ਉੱਤੇ ਗੱਲ ਵੀ ਕਰਨੀ ਚਾਹੁੰਦਾ ਔਰ ਉਹਨਾਂ ਨੂੰ ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਆਗਾਹ ਵੀ ਕਰਨਾ ਚਾਹੁੰਦਾ। ਮੇਰੇ ਧਿਆਨ 'ਚ ਇਹ ਚੀਜ਼ ਆਈ ਸੀ ਕਿ ਇੱਕ ਦੁੱਧ ਦੀ ਸਪਲਾਈ ਨੂੰ ਲੈ ਕੇ ਮੇਰੇ ਕੋਲ ਗੁਜਰਾਂ ਦੇ ਕੋਈ ਡੈਪੂਟੇਸ਼ਨ ਵੀ ਮਿਲੇ ਸੀ। ਵੈਸੇ ਵੀ ਮੈਨੂੰ ਲੋਕਾਂ ਤੋਂ ਵੀ ਪਤਾ ਲੱਗਾ ਸੀ ਕਿ ਪਿਛਲੇ ਕੁਛ ਦਿਨਾਂ 'ਚ ਇਸ ਤਰ੍ਹਾਂ ਦੀ ਇੱਕ ਅਫਵਾਹ ਜੀ ਫੈਲ ਰਹੀ ਹੈ ਕਿ ਲੋਕਾਂ ਨੇ ਗੁਜਰ ਬਰਾਦਰੀ ਤੋਂ ਦੁੱਧ ਹੀ ਲੈਣਾ ਬੰਦ ਕਰ ਦਿੱਤਾ ਹੈ, ਜਦੋਂ ਕਿ ਇਹ ਵਿਵਸਥਾ ਤੁਹਾਡੀ ਪਿਛਲੇ ਕਈ ਸਾਲਾਂ ਤੋਂ ਦਹਾਕਿਆਂ ਤੋਂ ਚੱਲ ਰਹੀ ਹੈ ਔਰ ਲੋਕ ਉਹਨਾਂ ਤੋਂ ਦੁੱਧ ਲੈ ਕੇ ਜਿਹੜਾ ਹੈ ਆਪਣਾ ਜਿਹੜਾ ਲੈਂਦੇ ਰਹੇ ਨੇ। ਹੁਣ ਅਚਾਨਕ ਇਹਨਾਂ ਆਪਾਂ ਅਫਵਾਹਾਂ 'ਤੇ ਜਿਹੜਾ ਹੈ ਜਿਹੜੀ ਹੈ ਪ੍ਰਚਲਿਤ ਨੇ ਵੀ ਸ਼ਾਇਦ ਪਤਾ ਨਹੀਂ ਉਹ ਦੁੱਧ 'ਚ ਕੋਈ ਚੀਜ਼ ਪਾ ਦਿੰਦੇ ਨੇ ਜਾਂ ਕਰਦੇ ਨੇ, ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਅਸੀਂ ਕਈ ਪਰਿਵਾਰਾਂ ਨੇ ਉਹਨਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ। ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਆਪਾਂ ਇਹੋ ਜਿਹੀਆਂ ਅਫਵਾਹਾਂ ਵਗੈਰਾ 'ਤੇ ਬਿਲਕੁਲ ਯਕੀਨ ਨਾ ਕਰੀਏ। ਆਪਣੀ ਇੱਕ ਜਿਹੜੀ ਭਾਈਚਾਰਕ ਸਾਂਝ ਬਣੀ ਹੁੰਦੀ ਹੈ ਉਹਨਾਂ ਚੀਜ਼ਾਂ ਨੂੰ ਆਪਾਂ ਬਹੁਤ ਅਹਿਮੀਅਤ ਦੇਈਏ। ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਨਾ ਕਰੀਏ ਜਿੰਨਾ ਚਿਰ ਤੱਕ ਤੁਹਾਡੇ ਕੋਲ ਕਿਸੇ ਚੀਜ਼ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਹੈ। ਦੂਸਰਾ, ਕਿਤੇ ਨਾ ਕਿਤੇ ਸਾਰੀ ਗੁੱਜਰ ਬਰਾਦਰੀ ਦਾ ਇਹ ਵੀ ਹੈ ਉਹ ਇਸੇ ਦੁੱਧ ਦੀ ਸਪਲਾਈ ਦੇ ਉੱਤੇ ਹੀ ਨਿਰਭਰ ਕਰਦੇ ਨੇ। ਇਸ ਔਖੇ ਸਮੇਂ 'ਤੇ ਜਿੱਥੇ ਹਰ ਬੰਦੇ ਨੂੰ ਆਪਣਾ ਘਰ ਚਲਾਉਣਾ ਔਖਾ ਹੋ ਰਿਹਾ ਹੈ ਅਤੇ ਬੜੀ ਮੁਸ਼ਕਲ ਦਾ ਸਮਾਂ ਚੱਲ ਰਿਹਾ, ਉੱਥੇ ਉਹਨਾਂ ਦੀ ਰੋਜ਼ੀ ਰੋਟੀ ਵੀ ਇੱਕ ਕਿਸਮ ਦੀ ਰੁਕ ਜਾਂਦੀ ਹੈ ਔਰ ਉਹ ਦੁੱਧ ਉਹਨਾਂ ਕੋਲ ਇੰਨਾ ਇਕੱਠਾ ਹੋ ਜਾਂਦਾ ਕਿ ਉਹ ਦੁੱਧ ਹੀ ਖਰਾਬ ਹੋ ਜਾਂਦਾ। ਉਹ ਦੁੱਧ ਜਿਹੜੀ ਕਿ ਕਿਸੇ ਘਰ 'ਚ ਬਹੁਤ ਅਹਿਮੀਅਤ ਹੈ, ਉਹਦੀ ਲੋੜ ਹੈ, ਉਹ ਸਿਰਫ ਕੁਛ ਇੱਕ ਵਹਿਮਾਂ ਭਰਮਾਂ ਕਰਕੇ ਅਤੇ ਆਪਾਂ ਉਸ ਚੀਜ਼ ਨੂੰ ਬੰਦ ਕਰ ਦਈਏ। ਸੋ ਮੇਰੀ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਆਪਾਂ ਆਪਣੀ ਜੋ ਵਿਵਸਥਾ ਚੱਲ ਰਹੀ ਹੈ ਉਹਨੂੰ ਅਚਾਨਕ ਐਵੇਂ ਅਫਵਾਹਾਂ 'ਤੇ ਯਕੀਨ ਕਰਕੇ ਨਾ ਰੋਕੀਏ। ਸੋ ਇੱਕ ਤਾਂ ਇਹ ਚੀਜ਼ ਹੈ। ਦੂਸਰੀ ਚੀਜ਼ ਜਿਹੜੀ ਮੈਂ ਆਪਣੇ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਸਾਡੇ ਧਿਆਨ 'ਚ ਆਇਆ ਹੈਗਾ ਕਿ ਜਦੋਂ ਵੀ ਸਾਡੀ ਕੋਈ ਮੈਡੀਕਲ ਟੀਮਸ ਇੱਕ ਪ੍ਰੋਟੋਕੋਲ ਫੋਲੋ ਕਰਦੀਆਂ ਨੇ, ਕਿਸੇ ਵੇਲੇ ਸਾਨੂੰ ਕਿਸੇ ਸਸਪੈਕਟ ਦਾ ਪਤਾ ਲੱਗਦਾ ਹੈ ਅਤੇ ਅਸੀਂ ਉੱਥੇ ਉਹ ਆਪਣੀ ਮੈਡੀਕਲ ਟੀਮ ਭੇਜੀ ਦੀ ਹੈ ਵੀ ਉਹਨਾਂ ਨੂੰ ਅਸੀਂ ਕੁਆਰੰਟਾਈਨ ਕਰਨਾ ਹੈ ਜਾਂ ਉਹ ਸਾਰਾ ਪ੍ਰੋਸੀਜਰ ਕਰਨਾ ਹੈ, ਉੱਥੇ ਕਾਫੀ ਲੋਕ ਮੈਂ ਦੇਖਿਆ ਵੀ ਜਮਾਵੜਾ ਬਣਾ ਕੇ, ਖਾਸ ਕਰਕੇ ਹੌਲੀ ਉਮਰ ਦੇ ਲੋਕ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਔਰ ਫਿਰ ਉਹਨਾਂ ਨੂੰ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਨੇ, ਉੱਥੇ ਮਤਲਬ ਕਿ ਗਲਤ ਜਿਹਾ ਉਹਨਾਂ ਤਮਾਸ਼ਾ ਬਣਾ ਕੇ ਰੱਖ ਦਿੰਦੇ ਨੇ ਚੀਜ਼ ਦਾ। ਸੋ ਮੇਰੀ ਬੜੀ ਬੇਨਤੀ ਹੈ ਕਿ ਇਹ ਇੱਕ ਬੜੀ ਸੰਜੀਦਾ ਐਕਸਰਸਾਈਜ਼ ਹੈ ਜੇ ਹੁੰਦੀ ਹੈ ਅਤੇ ਇਸ ਚੀਜ਼ ਨੂੰ ਆਪਾਂ ਉਹਦੀ ਜਿਸ ਸੋਚ ਨਾਲ ਜਾਂ ਜਿਸ ਸੰਜੀਦਗੀ ਦੇ ਨਾਲ ਕੀਤਾ ਜਾ ਰਿਹਾ ਉਸ ਐਕਸਰਸਾਈਜ਼ ਨੂੰ ਆਪਾਂ ਉਸੇ ਸੰਜੀਦਾ ਢੰਗ ਨਾਲ ਲਈਏ, ਨਾ ਕਿ ਉਹਨਾਂ ਚੀਜ਼ਾਂ ਦਾ ਆਪਾਂ ਇੱਕ ਤਮਾਸ਼ਾ ਬਣਾ ਕੇ ਅਤੇ ਉਹਨੂੰ ਸੋਸ਼ਲ ਮੀਡੀਆ 'ਤੇ ਵੱਖ ਵੱਖ ਤਰੀਕੇ ਨਾਲ ਅਪਲੋਡ ਕਰੀਏ। ਸੋ ਇਹ ਦੋ ਬੇਨਤੀਆਂ ਮੈਂ ਤੁਹਾਨੂੰ ਕਰਨੀਆਂ ਸੀ ਔਰ ਉਮੀਦ ਹੈ ਕਿ ਸਾਰੇ ਪਠਾਨਕੋਟ ਵਾਸੀ ਜਿਸ ਤਰੀਕੇ ਨਾਲ ਅੱਗੇ ਸਹਿਯੋਗ ਕਰ ਰਹੇ ਨੇ ਬੜੇ ਸੰਯਮ ਨਾਲ, ਬੜੇ ਠਰਮੇ ਨਾਲ, ਆਪਾਂ ਸਾਰੇ ਬੜੇ ਆਪਣੀ ਸਿਆਣਪ ਦਾ ਜਿਹੜਾ ਹੈ ਪ੍ਰਮਾਣ ਦੇ ਰਹੇ ਹਾਂ। ਗਾਂਹ ਤੋਂ ਵੀ ਮੈਨੂੰ ਉਮੀਦ ਹੈ ਵੀ ਤੁਸੀਂ ਪੂਰਾ ਪੂਰਾ ਸਹਿਯੋਗ ਦਿਓਗੇ। ਸਮੇਂ ਸਮੇਂ 'ਤੇ ਕੁਛ ਚੀਜ਼ਾਂ ਜਿਹੜੀਆਂ ਮੇਰੇ ਧਿਆਨ 'ਚ ਆਉਣਗੀਆਂ ਮੈਂ ਤੁਹਾਡੇ ਨਾਲ ਸ਼ਹਿਰ ਵਾਸੀਆਂ ਦੇ ਨਾਲ ਜਿਹੜਾ ਹੈ ਮੀਡੀਆ ਦੇ ਰਾਹੀਂ ਮੁਖਾਤਿਬ ਹੁੰਦਾ ਰਹਾਂਗਾ ਔਰ ਉਮੀਦ ਕਰਾਂਗੇ ਕਿ ਵੀ ਇਸ ਸਾਰੇ ਲੋਕਡਾਊਨ ਦੇ ਕਰਫਿਊ ਪੀਰੀਅਡ ਦੇ ਦੌਰਾਨ ਤੁਹਾਡੀਆਂ ਛੋਟੀਆਂ ਤਕਲੀਫਾਂ ਹੈ ਉਹਨੂੰ ਸਮੇਂ ਸਮੇਂ 'ਤੇ ਦੂਰ ਕਰਦੇ ਰਹੀਏ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ, ਆਪਣੇ ਪਠਾਨਕੋਟ ਜਿਹੜਾ ਇੱਕ ਕੇਸ ਆਇਆ ਹੈ ਇਹ ਪਹਿਲਾ ਕੇਸ ਹੋਣ ਕਰਕੇ ਆਪਾਂ ਸਾਰੇ ਥੋੜ੍ਹੇ ਚਿੰਤਿਤ ਵੀ ਹੈ ਔਰ ਇਸ ਗੱਲ ਦਾ ਸਾਰਿਆਂ ਦੇ ਮਨ 'ਤੇ ਮੈਨੂੰ ਪਤਾ ਲੱਗਾ ਕਿ ਕਾਫੀ ਮਤਲਬ ਕਿ ਬੋਝ ਵੀ ਹੈ ਕਿ ਸਾਡੇ ਵੇਖੋ ਪਠਾਨਕੋਟ 'ਚ ਇਹ ਕੇਸ ਆਇਆ। ਕਿਤੇ ਨਾ ਕਿਤੇ ਜੇ ਕੇਸ ਆਇਆ ਤਾਂ ਚੰਗੀ ਗੱਲ ਹੈ, ਕੋਈ ਨਹੀਂ, ਸਾਨੂੰ ਸੁਚੇਤ ਹੋ ਕੇ ਅਸੀਂ ਉਹਨਾਂ ਨੂੰ ਵੀ ਠੀਕ ਕਰਾਂਗੇ ਔਰ ਗਾਂਹ ਤੁਹਾਡੇ ਵਾਸਤੇ ਵੀ ਆਪਾਂ ਸੁਚੇਤ ਰਹੀਏ ਕਿ ਇਹ ਚੀਜ਼ ਇਸੇ ਤਰੀਕੇ ਦੇ ਨਾਲ ਬੜੀ ਤੇਜ਼ੀ ਨਾਲ ਵੱਧਦੀ ਹੈਗੀ ਹੈ ਅਤੇ ਜਿਹੜੀਆਂ ਰਿਸਟ੍ਰਿਕਸ਼ਨਸ ਤੁਹਾਡੇ 'ਤੇ ਲਾਈਆਂ ਨੇ ਉਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਫੋਲੋ ਕਰੀਏ।
ਔਰ ਇਸ ਕੇਸ ਬਾਰੇ ਵੀ ਜਿਸ ਤਰੀਕੇ ਨਾਲ ਜਾਣਕਾਰੀ ਮੇਰੇ ਕੋਲ ਹੋਰ ਆਏਗੀ ਮੈਂ ਜ਼ਰੂਰ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗਾ।